पास दबामे छत सिर भेरी सडो रड जय सुते जिरान में थिए अदीमा गड। पास दबामे जा दबामा बजया ना गगन दबामा छत कोणा दबामा बजया प्रगट होया शब्द गुरु अक्षर ते आया छतर हाथ हुकम हाथ छत सिर उते आ गया हुकम प्रगट हो गया वाह भेरी सडो रड होगी फिर बड़ी मन बोलता सी ना ओ सडो ओदी बोलती बंद कर दी सडो रड है ओ विरोधी जेड़ी सुरती बंद करती ओ जेड़ी विरोधी सुरती ता बंद हुई है जिन्ना चर अंदरों ज्ञान नहीं प्रगट हुंदा विरोधी सुरत जेड़ी विरोधा पास है खत्म नहीं हुंदा गुरबाणी का विरोधा पास है जो सानू कुछ विरोध च पास है जिवें असीं मनदे आ कुल पाप होना चाहिए मन दी इच्छावां ने जिवें मन दी लोड़ां ने जिहड़ियां बिल्कुल ही मन दी बोलती बंद नहीं हुंदी जिन्ना चर अंदरों प्रगट ज्ञान नहीं हुंदा अंदर वाला दमामा जा जोर ना बजता फिर इहदी भेरी पूरी नहीं सुनदी सुनदी ही नहीं किसे नूं ਉਹ ਵਿੱਚੇ ਗੁੰਮ ਹੋ ਜਾਂਦੀ ਹੈ ਸੱਡੋ ਰੱਡ ਹੋ ਜਾਂਦੀ ਹੈ ਭੇਰੀ ਦਮਾਮੇ ਦੀ ਆਵਾਜ਼ ਦੇ ਵਿੱਚ ਭੇਰੀ ਸੁਣਾਈ ਹੋਈ ਨਹੀਂ ਦਿੰਦੀ ਵਿੱਚੇ ਹੀ ਸੱਡੋ ਰੱਡ ਹੋਊਗੀ ਵਿੱਚੇ ਘੁਲ ਘਲ ਗਈ ਉਹ ਸੁਣਾਈ ਹੋਈ ਨਹੀਂ ਦਿੰਦੀ ਉਹਦੀ ਆਵਾਜ਼ ਨਹੀਂ ਸੁਣਾਈ ਦਿੰਦੀ ਹਾਂ ਭੇਰੀ ਸੱਡੋ ਰੱਡ ਜਾਇ ਸੁਤੇ ਜਰਾਣ ਮੈਂ ਥੀਏ ਅਦੀਮਾ ਗੱਡ चाहे सुते जरान में थिए तीमा गड जेड़ी भेरी है जे ए सडो रड है जे ता भेरी विरोध कर दी है हुक्म दा असल च मनती हो विरोध हुण गुरबाणी है गुरबाणी दा विरोध कौन करदा है मनमुख विरोध करदा है मनमत्ता विरोध करदी है मनमुख मनमुखां दे कोल ਬੰਦੀ ਆਵਾਜ਼ ਹੈ ਭੇਰੀ ਜਿਵੇਂ ਉਹਦੀ ਬਾਂਸਰੀ ਨੂੰ ਕਹਿੰਦੇ ਨੇ ਕ੍ਰਿਸ਼ਨ ਦੀ ਬਾਂਸਰੀ ਭੇਰੀ ਉਹ ਵਿਰੋਧ ਕਰਦੀ ਹੈ ਦਮਾਮੇ ਦਾ ਵਿਰੋਧ ਕਰਦੀ ਹੈ ਸੱਡੋ ਰੱਡ ਹੈ ਹਾਂ ਜਾਏ ਸੁਤੇ ਜਿਰਾਣ ਮੈਂ ਥੀਏ ਅਦੀਮਾ ਗੱਡ ਬਸ ਅਦੀਮ ਹੋ ਗਿਆ ਮਨ ਤਾਂ ਮਨ ਨੂੰ ਕੋਈ ਨਹੀਂ ਪੁੱਛਦਾ ਉਹ ਜਾ ਕੇ ਚੁੱਪ ਕਰਕੇ ਬੁੱਤਾ ਆਪਣੇ ਸੌਂ ਗਿਆ ਚਿਰਾਣ ਮੈਂ ਮਨਤਾ ਚੁੱਪ ਕਰ ਗਿਆ ਮਨਤਾ ਮਰ ਗਿਆ ਬਸ ਜਦ ਇਹ ਹਾਲਤ ਹੋ ਜਾ ਦਮਾਮਾ ਵੱਜਦਾ ਸਮਝੋ ਮਨ ਮਰ ਗਿਆ ਯਤੀਮ ਹੋ ਗਿਆ ਵਿਚਾਰਾ ਵਾਲੀ ਵਾਰ ਸੇ ਕੋਈ ਨਹੀਂ ਸੁਣਦਾ ਹੀ ਕੋਈ ਨਹੀਂ ਯਤੀਮ ਹੈ ਜਿਹਦੀ ਕੋਈ ਸੁਣਦਾ ਨਹੀਂ ਜਿਹਦੀ ਕੋਈ ਨਹੀਂ ਸੁਣਦਾ ਕੋਈ ਨਹੀਂ ਜਿਹਨੂੰ ਪੁੱਛਦਾ ਸੰਸਾਰ ਚ ਜਿਹਦੀ ਗੱਲ ਕੋਈ ਮੰਨਦਾ ਨਹੀਂ ਵਾਲੀ ਵਾਰ ਸੇ ਨਹੀਂ ਜਿਹਦਾ ਕੋਈ ਉਹ ਯਤੀਮ ਹੈ ਅਤੀਮਾ ਵਾਂਗੂ ਗੱਡਿਆ ਗਿਆ ਮਨ ਜਿਹਨੂੰ ਛਡਾਉਣ ਵਾਲਾ ਹੀ ਕੋਈ ਨਹੀਂ ਰੁਕ ਗਿਆ ਰੁਕ ਆਪੇ ਹੀ ਰੁਕ ਗਿਆ ਗੱਡਣਾ ਮਨ ਜਿਵੇਂ ਮਨ ਮੰਦਰ ਮੈਂ ਮਨਸਾ ਥੰਮ ਉਹ ਥੰਮ ਹੀ ਵਾਂਗੂ ਗੱਡਿਆ ਗਿਆ ਜੀਰਾਣ ਚ ਜਿੱਥੇ ਜੀ ਹੈ ਫਿਰ ਦੇ ਵਿੱਚ ਬਸ ਮਨ ਤੋਂ ਉੱਥੇ ਖੜਾ ਹੀ ਰਹਿ ਗਿਆ ਯਤੀਮ ਵਾਂਗੂ ਖੜਾ ਜਿਵੇਂ ਰਣ ਖੰਭਾ ਖੜਾ ਹੁੰਦਾ ਨਾ ਰਣ ਦੇ ਵਿੱਚ ਜੰਗ ਚਾਰ ਸਵੇਰੇ ਹੁੰਦਾ ਹੁੰਦਾ ਖੰਭਾ ਵਿਚਾਰਾ ਉੱਥੇ ਖੜਾ ਰਹਿੰਦਾ ਇਹ ਤਾਂ ਖੰਭਾ ਹੀ ਖੜਾ ਹੁਣ ਮਨ ਕੁਛ ਨਹੀਂ ਇਹਦਾ ਰੋਲ ਨਹੀਂ ਰਿਹਾ ਥੰਮਿਆ ਹੋਇਆ ਜ਼ਰੂਰ ਰੁਕਿਆ ਹੋਇਆ ਜ਼ਰੂਰ ਮਨ ਮੰਦਰ ਮੈਂ ਮਨ ਦੀ ਇੱਛਾ ਥੁੱਪ ਗਈ ਜਦ ਫਿਰ ਘਟਿਆ ਯਤੀਮ ਕਿਉਂਕਿ ਸੁਣਦਾ ਕੋਈ ਨਹੀਂ ਜਿਹਦੀ ਸੁਣਦਾ ਹੀ ਕੋਈ ਨਹੀਂ ਜਿਹਦੀ ਵੈਲਿਊ ਯਤੀਮ ਹੈ ਤੇਰਾ ਕੁਛ ਨਹੀਂ ਤੂੰ ਕਿਸੇ ਦਾ ਨਹੀਂ ਤੇਰਾ ਕੋਈ ਨਹੀਂ ਯਤੀਮ ਹਮ ਕਿਸੇ ਕੇ ਮੇਰਾ ਕੋਈ ਨਹੀਂ ਹਮ ਕਿਸੇ ਕੇ ਨਾ ਹੈ ਯਤੀਮ ਜਾਂ ਮੇਰਾ ਕੋਈ ਨਹੀਂ ਮੈਂ ਕਿਸੇ ਦਾ ਨਹੀਂ ਤਾਂ ਯਤੀਮ ਹੈ ਵਿਚਾਰਾ ਇਹਦੀ ਉਹ ਹਾਲਤ ਹੋ ਗਈ
ਪਹਿਲਾਂ ਸਭ ਕਹਿੰਦਾ ਮਾਲਕ ਸੀ, ਕਰਤਾ ਕਰਤਾ ਹੀ। ਇਹਨੂੰ ਇਹ ਕਹਿਤਾ ਜੇ ਤੂੰ ਮੇਰਾ ਹੋ ਰਹਾ ਹੈ ਸਭ ਜਗ ਤੇਰਾ ਹੋਏ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਰਣ ਖੰਭਾ ਤੇ ਉਹ ਜਿੱਤ ਦਾ ਪ੍ਰਤੀਕ, ਜਿੱਤ ਦਾ ਨਿਸ਼ਾਨ ਤੂੰ ਹੀ ਹੈ। ਕਿਹਦਾ ਝੰਡਾ ਖੜਾ? ਬਈ ਫਲਾਨੇ ਦਾ ਖੜਾ, ਜਿਹੜਾ ਜਿੱਤਿਆ ਝੰਡਾ ਉਸੇ ਦਾ ਆਉਣਾ। ਜਿਹੜਾ ਝੰਡਾ ਹੈ ਅਗਰ ਸਰਕਾਰ ਨਹੀਂ ਝੰਡਾ ਬੜਾ, ਫਿਰ ਸਰਕਾਰ ਦਾ ਨਾਂ ਨਹੀਂ ਝੰਡਾ ਬੜਾ। ਸਰਕਾਰਾਂ ਬਦਲਦੀਆਂ ਨੇ, ਝੰਡਾ ਉਹੀ ਹੈ, ਨਿਸ਼ਾਨ ਸਾਹਿਬ ਉਹੀ ਹੈ ਸਾਡੇ ਪ੍ਰਭੂ ਦਾ। ਬਾਕੀ ਦੁਨੀਆ ਆਉਂਦੀ ਜਾਂਦੀ ਬਦਲਦੀ ਰਹੂਗੀ, ਨਿਸ਼ਾਨ ਤਾਂ ਉਹੀ ਰਹੂਗਾ। ਇਸ ਕਰਕੇ ਨਾਨਕ ਝੰਡਾ ਹੈ, ਕਬੀਰ ਝੰਡਾ ਹੈ, ਸਰੀਰ ਝੰਡਾ ਹੀ ਹੈ ਸਿਰਫ। ਨਾ ਤਾਂ ਸਰੀਰ ਦਾ ਹੀ ਚੱਲਦਾ, ਧਰਮ ਤੋਂ ਜ਼ਿਆਦਾ ਸਰੀਰ ਦੇ ਰਹਿ ਗਿਆ। ਫਿਰ ਬਾਣੀ ਕੋਈ ਕਬੀਰ ਦੀ ਹੈ, ਆ ਫਰੀਦ ਦੀ। ਫਰੀਦ ਕੌਣ ਸੀ? ਫਰੀਦ ਤਾਂ ਝੰਡਾ ਹੀ ਹੈ, ਯਤੀਮ ਹੈ, ਯਤੀਮ ਗੱਡਿਆ ਗਿਆ ਜਿਹੜਾ ਯਤੀਮ ਹੈ। ਪਰ ਫਰੀਦ ਫਿਰ ਦੋ ਫਰੀਦ ਦਾ ਹੀ ਚੱਲਦਾ, ਝੰਡਾ ਤਾਂ ਫਰੀਦ ਦਾ ਹੀ ਗੱਡਿਆ ਹੋਇਆ। ਫਰੀਦ ਖੁਦ ਹੀ ਝੰਡਾ ਬਰਦਾਰ ਹੈ, ਹਾਂ ਇਹ ਝੰਡਾ ਹੈ।